ਸਰ ਜੀ ਮੈਂ ਅੰਦਰ ਤੁਸੀਂ ਕਿਆ ਗੱਲ ਕਰਾਇਆ ਸਰ ਜੀ ਪ੍ਰਿੰਸੀਪਲ ਗੱਲ ਕਰਾਇਆ ਜਾ ਕੇ ਮੈਂ ਨਾ ਮੇਰਾ ਕੁੜੀ ਸਰ ਵੀ ਦਿੰਦੇ ਪਏ ਨਾ ਮੇਰੇ ਬੱਚੇ ਬੋਲਣ ਦਿੰਦੇ ਪੈਣੇ ਜੋ ਤੇ ਉਹ ਸਰ ਜੀ ਉਹ ਗੱਲ ਨੀ ਕਰਦੇ ਕਹਿੰਦੇ ਪ੍ਰਿੰਸੀਪਲ ਸਾਡੇ ਕੋਲ ਮੈਡਮ ਕਹਿੰਦੀ ਸਾਡੇ ਬਸ ਨੀ ਹੈਗਾ ਅਸੀਂ ਮੁਲਾਇਮ ਗੱਲ ਨੀ ਕਰ ਸਕਦੇ ਅਸੀਂ ਤੇ ਤੁਸੀਂ ਸਰ ਜੀ ਬਾਹਰ ਗਏ ਨੇ ਸਾਰਿਆਂ ਨਾਲ ਬਾਹਰ ਗੱਲ ਕਰਾਇਆ ਕਹਿੰਦੀ ਸਵੇਰੇ ਆਉਣ ਕਹਿੰਦੀ ਅੱਛਾ ਤੇ ਅਸੀਂ ਮੁਲਾਇਮ ਅਸੀਂ ਗੱਲ ਨੀ ਕਰ ਸਕਦੇ ਹੁਣ ਫਿਰ ਹਾਂਜੀ ਹਾਂਜੀ ਸਵੇਰੇ ਕਹਿੰਦੇ ਮੈਂ ਸਾਜੀ ਤੁਸੀਂ ਫੋਨ ਚੱਕਦੇ ਮੈਂ ਦੂਜਾ ਫੋਨ ਲਾਉਣਾ ਵੀ ਚੱਕਦੇ ਸਾਡਾ ਮੇਰਾ ਹੈਲੋ ਹੈਲੋ ਗੁਡ ਮਾਰਨਿੰਗ ਸਰ ਗੁਡ ਮਾਰਨਿੰਗ ਸਰ ਗੁਡ ਮਾਰਨਿੰਗ ਜੀ ਹਾਂਜੀ ਠੀਕ ਹੈ ਜੀ ਹਾਂਜੀ ਦੱਸੋ ਹਾਂਜੀ ਉਹ ਫੀਸਾਂ ਫੂਸਾਂ ਦੇ ਚੱਕਰ ਚ ਜਨਰਲੀ ਕਈ ਦਿਨਾਂ ਦੇ ਧਰਨਾ ਧੁਰਨਾ ਬਾਹਰ ਜਾ ਮੇਰੇ ਕੋਲ ਉਹੀ ਇਹਨਾਂ ਦਾ ਬੈਲੈਂਸ ਦੇਖਣਾ ਪੈ ਗਿਆ ਮੈਨੂੰ ਯਾਦ ਨੀ ਹਾਂਜੀ ਹਾਂਜੀ ਆਪਣੇ ਕੋਲ ਪਤਾ ਕੀ ਗਲਤੀ ਸਕੂਲ ਚ ਜਿਹੜਾ ਮੇਰਾ ਤਜਰਬਾ ਜ਼ਿੰਦਗੀ ਦਾ ਹਾਂਜੀ ਹਾਂਜੀ ਜਦੋਂ ਇਹਨਾਂ ਭੈਣ ਚੋਦਾਂ ਨੇ ਪੈਸੇ ਨਹੀਂ ਸੀ ਦਿੱਤੇ ਆਪਾਂ ਨੂੰ ਹਾਂਜੀ ਆਪਾਂ ਨੂੰ ਇਹਨਾਂ ਜਮਾਂ ਨਾ ਕਰ ਦੇਣਾ ਚਾਹੀਦਾ ਜਿੱਥੇ ਮਰਜ਼ੀ ਭੱਜ ਲਵੇ ਭੈਣ ਚੋ ਠੀਕ ਹੈ ਜੀ ਆਪਾਂ ਜਿੱਥੇ ਮਰਜ਼ੀ ਭੱਜ ਲਵੇ ਠੀਕ ਹੈ ਜੀ ਨੋਨ ਪੇਮੈਂਟ ਦੇ ਕੇ ਠੀਕ ਹੈ ਰਾਈਟ ਕੱਖ ਨਹੀਂ ਕੱਖ ਨਹੀਂ ਹੋਣਾ ਲੱਗਾ ਆਪੇ ਕੋਰ ਕੇ ਫਿਰ ਭੈਣ ਚੋ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਦੋ ਤਿੰਨ ਦਿਨ ਹੋ ਗਏ ਬੈਠਣ ਨੂੰ ਹੁਣ ਚੁੱਪ ਕਰਕੇ ਬੈਠੇ ਚਲੋ ਬੈਠੇ ਰਹਿਣਾ ਪ੍ਰਿੰਸੀਪਲ ਸਾਹਿਬ ਗਏ ਹੋਏ ਵੈਸੇ ਐਸ ਐਸ ਪੀ ਸਾਹਿਬ ਹਾਂਜੀ ਹਾਂਜੀ ਠੀਕ ਹੈ ਠੀਕ ਹੈ
ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ।